ਹਾਂਜੀ ਵੈਲਕਮ ਸਾਡਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਲਓ ਵੀ ਅੱਜ ਇੱਕ ਦੋ ਦਿਨਾਂ ਬਾਅਦ ਆਪਾਂ ਕਰ ਲਿਆ ਵਲੌਗ ਸਟਾਰਟ। ਅਤੇ ਇੱਧਰ ਰੈੱਡ ਹਾਊਸ ਕਹਿੰਦੇ ਸਟਾਰਟ ਨਹੀਂ ਹੁੰਦਾ, ਅਲਟਰਨੇਟਰ ਸਾਨੂੰ ਹਲੇ ਵੀ ਨਹੀਂ ਮਿਲਿਆ ਹੈਗਾ। ਟਰੈਕਟਰ ਬਾਕੀ ਦੇਖੋ ਤੁਸੀਂ ਚਮਕਦਾ, ਸਕੋਰਾਂ ਮਾਰਦਾ, ਸਿਸਟਮ ਨਹੀਂ ਆਪਣਾ ਚਮਕਦਾ, ਇਹਦੇ 'ਚ ਮਿੱਟੀ ਜਾਂ ਅਤੇ ਦਾਗ ਜੇ ਨੇ, ਇਹ ਆਪਾਂ ਕਲੀਅਰ ਕਰਾਂਗੇ ਕੱਲ੍ਹ ਨੂੰ। ਹੁਣ ਆਪਾਂ ਸਮਾਨ ਜਿਹਾ ਵੇਚ ਕੇ ਇਦੂ ਬਾਅਦ ਲੈ ਕੇ ਜਾਣੇ ਘੋੜੇ ਆਪਾਂ ਮੇਲੇ 'ਤੇ। ਕੋਈ ਮੇਲਾ ਵਾ ਉਹ ਅਕਸ਼ ਤੋਂ ਪੁੱਛਣਾ ਕਾਹਦਾ ਮੇਲਾ ਵਾ, ਉੱਥੇ ਆਪਾਂ ਘੋੜੇ ਰਾਈਡ ਕਰਕੇ ਲੈ ਕੇ ਜਾਣੇ ਆ। ਹੁਣ ਇਹ ਸਟਾਰਟ ਤਾਂ ਹੋ ਨਹੀਂ ਰਿਹਾ, ਦੇਖੋ ਮਾੜੇ ਧੱਕੇ ਦੀ ਲੋੜ ਆ, ਇਹਨੂੰ ਜਦੀ ਸਟਾਰਟ ਹੋ ਜਾਣਾ। ਹੁਣ ਡਰਾਈਵਰ ਆਉਂਦਾ ਉਹ ਧੱਕਾ ਲਵਾਊਗਾ ਅਤੇ ਇਹਨੂੰ ਕਿਸੇ ਪਾਸੇ ਕਰਨਾ ਪੈਣਾ ਰੋੜ ਕੇ, ਫਿਰ ਹੀ ਧੱਕਾ ਲੱਗੂਗੀ ਕਿਉਂਕਿ ਜਗ੍ਹਾ ਥੋੜ੍ਹੀ ਆ। ਕੱਪੜਾ ਕੁੱਪੜਾ ਸਾਰੇ ਟਰੈਕਟਰ 'ਤੇ ਆਪਾਂ ਮਾਰਤਾ, ਮੂਸਲ ਬਾਈ ਦੀ ਫੋਟੋ 'ਤੇ ਵੀ ਕੱਪੜਾ ਮਾਰਤਾ, ਸਾਰੇ ਟਰੈਕਟਰ 'ਤੇ ਕੱਪੜਾ ਮਾਰਤਾ, ਚਮਕੁੰਨੀ ਹੋਈ ਬਰਕਰਾਰ ਆ। ਲੈ ਵੀ ਡਰਾਈਵਰ ਵੀ ਪਹੁੰਚ ਗਿਆ ਮੇਰੇ ਵੀਰੋ, ਧੱਕਾ ਲਾਉਣਾ ਪੈਣਾ, ਕਿਉਂ ਹੋਇਆ ਨਹੀਂ ਸਟਾਰਟ, ਚਮਕਦਾ ਨਾ ਪੂਰਾ, ਇਹੀ ਮੈਂ ਗੱਲ ਕਹਿ ਕੇ ਛੱਡਿਆ ਵੀ ਚਮਕਦਾ ਪੂਰਾ ਡੀਜ਼ਲ ਮਾਰੇ 'ਤੇ। ਇਹਨੂੰ ਆਪਾਂ ਹਾਈਟੈਕ 'ਤੇ ਛੱਡ ਜਾਵਾਂਗੇ, ਉਹ ਜਿਹੜਾ ਸਿਸਟਮ ਦਾ ਮਾੜਾ ਮੋਟਾ ਕੰਮ ਰਹਿੰਦਾ ਉਹ ਕਰ ਦੂਗਾ, ਆਪਾਂ ਜਾਣ ਘੋੜੇ ਲੈ ਜਾਵਾਂਗੇ ਨਾ। ਇਹਨੂੰ ਪਰੇ ਕਰਨਾ ਪੈਣਾ ਰੋੜ ਕੇ, ਖਿੱਚਦਾ ਇਹਨੂੰ ਇੱਧਰ ਨੂੰ, ਇਹਦਾ ਮੂੰਹ ਘੁਮਾ ਇੱਧਰ ਨੂੰ। ਲਓ ਵੀ ਟਰੈਕਟਰ ਕਰ ਲਿਆ ਸਟਾਰਟ ਅਤੇ ਸਕੋਰ ਦੇਖੋ ਬਰਕਰਾਰ ਹੈ, ਐਨ ਪੂਰੀ ਹੈ ਇਹਦੀ, ਹੈ ਨਾ। ਹਾਂ ਸਾਫ਼ ਸੂਫ਼ ਕਰਤਾ ਮੈਂ ਕੱਪੜਾ ਮਾਰਤਾ, ਮੀਂਹ ਪੈ ਗਿਆ ਸੀ ਨਾ, ਉਹਦੇ ਨਾਲ ਮਿੱਟੀ ਉੱਡ ਕੇ ਪੈ ਗਈ ਸੀ ਇਹਦੇ 'ਤੇ। ਲਓ ਵੀ ਕਹਿੰਦੇ ਝਗਾਂਡਾ ਪਾ ਲਿਆ, ਹੁਣ ਆਪਾਂ ਲੈ ਕੇ ਚੱਲਦੇ ਇਹਨੂੰ ਜੋਧਾ ਕਬਾੜੀਏ ਕੋਲ, ਕਬਾੜ ਵੇਚ ਕੇ ਉਦੋਂ ਬਾਅਦ ਹਾਈਟੈਕ ਉਹ ਟਰੈਕਟਰ ਖੜਾ ਕੇ ਆਪਾਂ ਗਾਂਹ ਲਾਂਗੇ ਆਉਣਾ। ਲਓ ਵੀ ਟਰੈਕਟਰ ਦੁਬਾਰੇ ਘਰੇ ਲਾ ਤਾ ਅਤੇ ਆਪਣਾ ਕੰਮ ਬਣਿਆ ਨਹੀਂ, ਦੁਕਾਨ ਸੀਗੀ ਬੰਦ, ਅਤੇ ਕੱਲ੍ਹ ਨੂੰ ਆਪਾਂ ਅਲਟੀਨੇਟਰ ਦਾ ਪਤਾ ਕਰਾਂਗੇ। ਜੇ ਕਿਸੇ ਕੋਲ ਬਾਈ 140 ਪੇਅਰ ਜਾਂ 180 ਪੇਅਰ ਦਾ ਅਲਟੀਨੇਟਰ ਹੈਗਾ ਤਾਂ ਆਪਾਂ ਨੂੰ ਇੰਸਟਾ 'ਤੇ DM ਕਰ ਦਿਓ, ਆਪਾਂ ਨੂੰ ਬੜਾ ਜ਼ਰੂਰੀ ਚਾਹੀਦਾ ਵਾ। ਹੁਣ ਆਪਾਂ ਚੱਲੇ ਹਾਂ ਘੋੜੇ ਲੈ ਕੇ, ਚੱਲੀਏ ਡਰਾਈਵਰਾ, ਕਿੱਥੇ ਜਾਣਾ ਫਿਰ? ਨਾਰੰਗਵਾਲ ਜਾਣਾ ਮੈਨੂੰ ਲੱਗਦਾ ਸ਼ਾਇਦ, ਬਾਕੀ ਉਹ ਜਾ ਕੇ ਅਕਸ਼ ਤੋਂ ਪਾਉਂਦੇ ਹਾਂ ਹੋਰ ਕੀ। ਲੈ ਵੀ ਕਹਿੰਦੇ ਪਹੁੰਚ ਗਏ ਮੁੰਡੇ ਕੋਲੇ, ਆ ਟੀ ਸ਼ਰਟ ਬੜੀ ਖੁੱਲੀ ਜੀ ਬਾਈ, ਕੀ ਹੋ ਗਿਆ ਥੱਲੇ ਹੀ ਚਲੇ ਗਈ ਹੈ? ਉੱਧਰ ਟਰੈਕਟਰ ਲੰਡਾ ਕਰਤਾ ਕਹਿੰਦੇ, ਉਹ ਖੜਾ ਦੇਖੀਏ ਦਾ ਕੀ ਕੀਤਾ, ਜਮਾਂ ਹੀ ਲੰਡਾ ਕੀਤਾ ਪਿਆ ਕਹਿੰਦੇ। ਅੱਜ ਘੋੜੇ ਲੈ ਕੇ ਜਾਣਾ ਕਿੱਥੇ ਉਹ ਦੱਸ ਪੂਰੀ ਗੱਲ। ਨਾਰੰਗਵਾਲ ਹੈਗਾ ਉਹ ਟੂਰਨਾਮੈਂਟ ਨੇ ਦੂਜੇ ਆਪਣੇ ਕੁਸ਼ਤੀ ਦੇ, ਕੁਸ਼ਤੀ ਵਾਲਿਆਂ ਨਾਲ ਕੁਸ਼ਤੀ ਲੜਾਉਣੀ ਜ਼ਬਰਦਸਤ ਦੀ ਪਹਿਲਵਾਨ ਨੂੰ ਬਾੜੀ ਜਾ ਕੇ। ਬਸ ਠੀਕ ਆ। ਲੈ ਵੀ ਕਹਿੰਦੇ ਇੱਧਰ ਗ੍ਰੀਨ ਹਾਰਸ ਕਰਤਾ ਲੰਡਾ, ਸਪਰੇ ਮਾਰਤੀ ਹੈ ਉਹ, ਇਹਦੀ ਲੁੱਕ ਚੇਂਜ ਕਰਕੇ ਦੇਖੀਏ। ਹਾਂ ਆਪਣੇ ਕੋਲੇ ਭੱਠੀ ਲੈ ਲੈਣੇ ਗਏ ਤੋਂ ਵੇਟ ਟੰਗ ਕੇ ਦੇਖਦੇ ਆ, ਵੇਟ ਆਹੋ ਮੈਨੂੰ ਵੀ ਕਈ ਲੋਕਾਂ ਨੇ ਹੈ, ਲੁੱਕ ਚੇਂਜ ਕਰਕੇ ਦੇਖ ਲੈਣੇ ਆ, ਐਂ ਵੀ ਹੈ ਨਾ ਅਸਤਰ ਜਿਹਾ ਹੀ ਲੱਗਦਾ ਪੂਰਾ, ਪੈਰ ਤਾਂ ਦੇਖ ਕਿੰਨੇ ਬਾਹਰ ਨੂੰ ਲਾਦੇ ਆ। ਸਹੀ ਗੱਲ। ਲਓ ਵੀ ਕਹਿੰਦੇ ਜੋਧੇ ਦਾ ਸਮਾਨ ਚੱਕ ਲਿਆ, ਲਓ ਵੀ ਕਹਿੰਦੇ ਕੰਡਿਆਲਾ ਚੱਕ ਲਿਆ, ਨਾਲ ਚੱਕ ਲਈ ਲਗਾ, ਤੈਨੂੰ ਪਤਾ ਨਾਮ ਦਾ ਤੈਨੂੰ ਪਤਾ ਨਹੀਂ, ਉਹ ਦਿਮਾਗ 'ਚੋਂ ਨਿਕਲ ਗਿਆ ਸੀ, ਬਾਕੀ ਉਹ ਲੰਡਾ ਕਰਿਆ ਖੜਾ, ਜੋਧਾ ਉੱਧਰਲੇ ਘਰੇ ਉੱਧਰ ਨੂੰ ਲੈ ਕੇ ਆਈਏ ਨਾ। ਅਤੇ ਲਓ ਬਈ ਜੋਧਾ ਕੱਢ ਲਿਆ ਅਤੇ ਗੇਟ ਲਾ ਦਈਏ ਆਪਾਂ, ਗੇਟ ਲਾ ਲਾ ਤੇ ਹੁਣ ਉੱਧਰਲੇ ਗੇਟ ਵਿੱਚ ਨਹੀਂ ਜਾਣਾ, ਕਿਉਂਕਿ ਇੱਧਰਲੀ ਸਾਈਡ ਰੈਂਬੋ ਖੜਾ ਸੀ ਨਾ, ਇਹ ਹਰਕਤ ਕਰ ਸਕਦਾ ਸੀਗਾ, ਤਾਂ ਕਰਕੇ ਆਪਾਂ ਇੱਧਰ ਗੇਟ ਵਿੱਚ ਨਹੀਂ ਜਾਣਾ ਵਾ। ਅਤੇ ਲਓ ਵੀ ਕਹਿੰਦੇ ਜੋਧਾ ਮਾੜਾ ਜਿਹਾ ਗੰਦਾ ਸੀਗਾ ਅਤੇ ਉਹਨੂੰ ਸਾਫ਼ ਕਰਦੇ ਖਰਖਰਾ ਮਾਰ ਕੇ, ਕਿਉਂਕਿ ਉੱਥੇ ਫਿਰ ਵਧੀਆ ਨਹੀਂ ਲੱਗਣਾ, ਤਾਂ ਕਰਕੇ ਸਾਫ਼ ਕਰਕੇ ਲੈ ਕੇ ਜਾਵਾਂਗੇ। ਇੱਧਰ ਨਾਲ ਦੀ ਨਾਲ ਉਹ ਬੁਰਸ਼ ਮਾਰੀ ਜਾਂਦੇ, ਨਾਲ ਦੀ ਨਾਲ ਖਰਖਰਾ, ਕਰਤਾ ਬਰੋ ਦੇਖ ਲਾ ਸਾਫ਼ ਕੀਤਾ,
ਚਲੋ ਵੀ ਇੱਧਰ ਕਹਿੰਦੇ ਖੇਡਾਂ ਚ ਪਹੁੰਚ ਗਏ ਤਿੰਨੇ ਲੈ ਕੇ ਇੱਧਰ ਕੁਸ਼ਤੀ ਚੱਲਦੀ ਆ ਇੱਧਰ ਇਹਨਾਂ ਦਾ ਆਨੰਦ ਆ ਮਾਣ ਲੋ ਵੀ ਕਹਿੰਦੇ ਮੇਲੇ ਤੇ ਪਹੁੰਚ ਕੇ ਇੱਧਰ ਕਹਿੰਦੇ ਘੋਲ ਚੱਲਦਾ ਕੁਸ਼ਤੀ ਚੱਲਦੀ ਆ ਸਿੰਧ ਦਾ ਮੇਲਾ ਤੀਸਰਾ ਝੂਠ ਮੇਲਾ ਸਿੰਧ ਪਿੰਡ ਨਾਰਗਵਾਲ ਇੱਧਰ ਕਹਿੰਦੇ ਯੋਧਾ ਵੀ ਪਹੁੰਚ ਗਿਆ ਇਹਦਾ ਨਾਮ ਨੀ ਪਤਾ ਹਲੇ ਉਹ ਜ਼ਬਰ ਜੰਗ ਲੈ ਵੀ ਕਹਿੰਦੇ ਇੱਕ ਯੋਧਾ ਇੱਕ ਜ਼ਬਰ ਜੰਗ ਤੇ ਇੱਕ ਸ਼ੇਖ ਘੋੜੇ ਦਾ ਨਾਂ ਹੈਗਾ ਸ਼ੇਖ ਜਿਹੜਾ ਬਲੈਕ ਆ ਇੱਧਰ ਲੱਤਾਂ ਛੱਡੀਆਂ ਦਾ ਖੜਾ ਹੀ ਆਪਾਂ ਬਾਲਾ ਟਾਈਮ ਖਿਡਾਉਣੇ ਵੀ ਹੈ ਨੀ ਘੋੜੇ ਜਿਹੜੇ ਵੀ ਮਾੜੇ ਮਾੜੇ ਨਾਲ ਨਾਲ ਦੇਈ ਜਾਣੇ ਆ ਮੇਲੇ ਤੇ ਆਏ ਆਉਣ ਦਾ ਸਵਾਦ ਬਹੁਤ ਆ ਕਹਿੰਦੇ ਓਏ ਓਏ ਅੜੀ ਉਹ ਜ਼ਬਰ ਜੰਗ ਫੋਨ ਆਉਣਾ ਆਪਾਂ ਡਰਾਈਵਰ ਨੂੰ ਫੜਾ ਲੈਣਾ ਕਹਿੰਦੇ ਐਂ ਤਾਂ ਘੋੜੇ ਤੇ ਬਹਿ ਕੇ ਉੱਥੇ ਹੋਰ ਘੋੜਾ ਕਿਤੇ ਲੱਗਾ ਲੱਗਦੇ ਹੋਰ ਇੱਧਰ ਲੈ ਮਾਲਵਾਲ ਆ ਗਿਆ ਮੱਝ ਦੇ ਨੌਜਵਾਨਾਂ ਮਾਨਾ ਪਹਿਲਵਾਨ ਰੂਪ ਸਿੰਘ ਅੱਜ ਥੋੜੇ ਜਲਦੀ ਨਾਲ ਤਿਆਰੀ ਕਰੋ ਪਹਿਲਵਾਨੋ ਆ ਦੇਖੋ ਕੀ ਕਰਦਾ ਅੰਕਲ ਆ ਜਾਓ ਬੱਚੇ ਅੰਕਲ ਉਹ ਖਰਾਬੀ ਕਰਦਾ ਮਾੜੀ ਓਏ ਉਹਦੇ ਲਾ ਲਿਆ ਕਰ ਹੋਈ ਹੁਣ ਕਹਿੰਦੇ ਇੱਧਰ ਘੋੜੇ ਖਿੱਚ ਲਏ ਇੱਧਰ ਹੋ ਜਾਂਦਾ ਦੋ ਉੱਧਰ ਜਾਂਦੇ ਆ ਕੈਨੇਡਾ ਨਿੱਕੀ ਸਰਪੰਚ ਰੰਦਨਾ ਸਾਜੇ ਸ਼ੇਰੋ ਯੂਐਸਏ ਆਰੋਗੀ ਗਾਚਾ ਸਾਡਾ ਵੀਰ ਅੰਮ੍ਰਿਤ ਕੈਨੇਡਾ ਹਰਸ਼ ਯੂਐਸਏ ਸਾਰੇ ਬੜੀ ਦੁਨੀਆਂ ਦੇ ਵਿੱਚੋਂ ਜਿੰਨੇ ਵੀ ਸਾਡੇ ਭਰਾ ਪੁੱਜੇ ਸਾਰਿਆਂ ਦਾ ਅੱਜ ਦੇ ਤੀਜੇ ਵਿਸ਼ਾਲ ਕੁਸ਼ਤੀ ਦੰਗਲ ਦੇ ਵਿੱਚ ਜਿਹੜਾ ਕਿ ਸਵਰਗੀ ਜੱਸਾ ਪਹਿਲਵਾਨ ਜੀ ਦੀ ਨਿੱਕੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਜਿੰਨੇ ਵੀ ਯਾਰ ਮਿੱਤਰ ਦੋਸਤ ਪੁੱਜੇ ਸਾਰਿਆਂ ਦਾ ਲੋ ਵੀ ਕਹਿੰਦੇ ਤੇ ਲੋ ਵੀ ਹੁਣ ਕਹਿੰਦੇ ਚੱਲੇ ਕਰਨ ਨੂੰ ਆ ਪੂਰਾ ਗਰਮੀ ਜਾ ਦੇਖੋ ਗਰਮ ਹੋਇਆ ਹੈ ਪੂਰਾ ਹਾਂ ਉਹ ਸ਼ੇਖ ਨੂੰ ਦੇਖ ਕੇ ਬਾਲਾ ਉਹ ਕਰਦਾ ਲੈ ਕਿੱਧਰ ਨੂੰ ਹੈ ਫਿਰ ਆਪਣੇ ਤੇ ਅਮਰੀਕ ਦਾ ਮੁਕਾਬਲਾ ਚੱਲ ਰਿਹਾ ਲੈਣਾ ਰੇ ਨੇ ਨੂੰ ਵੇਚਿਆ ਵੀ ਇਹ ਲੈਣਾ ਲਗਾਈਆਂ ਇਹਨਾਂ ਦਾ ਜਿਹੜਾ ਮੂੰਹ ਆ ਇੱਕ ਉਧਰ ਫਿਰਦਾ ਉਹ ਦੇ ਸ਼ੇਖ ਉਧਰ ਫਿਰਦਾ ਵਾ ਬੇਜੀ ਹੈ ਗਰਾਊਂਡ ਦੀ ਆਪਾਂ ਨੂੰ ਲਾਈਟ ਬਾਅਦ ਚਾਹੀਦੀ ਹੈ ਬੇਜੀ ਰੰਗਦਾਰ ਆ ਜਾ ਪੰਜ ਦੇ ਨੌਜਵਾਨਾਂ ਮੈਦਾਨ ਦੇ ਵਿੱਚ ਤੇ ਰਾਜ ਪਹਿਲਵਾਨ ਆ ਮਲੋ
ਲਾ ਬੜੀ ਵਧੀਆ ਕੁਸ਼ਤੀ ਹੁਣ ਚੱਲੀ ਆ ਮੈਦਾਨ ਦੇ ਵਿੱਚ ਅੰਗਦ ਬਾਬਾ ਨਰੰਗ ਵਾਲੀ ਆ ਲਾਲ ਰੰਗ ਦੇ ਨਗੋਟੇ ਚ ਹਰ ਦੂਜੇ ਪਾਸੇ ਆ ਜਿਹੜਾ ਨੌਜਵਾਨ ਰਾਜ ਪਹਿਲਵਾਨ ਅਮਰੋ ਵਾਲਾ ਰਾਜ ਹੱਥ ਖੜਾ ਕਰਦੀ ਇੱਕ ਵਾਰੀ ਨੌਜਵਾਨਾਂ ਲਾ ਬੜੀ ਵਧੀਆ ਕੁਸ਼ਤੀ ਤੇ ਲੋ ਬਈ ਹੁਣ ਕਹਿੰਦੇ ਘਰ ਵੱਲ ਨੂੰ ਤੁਰ ਪਏ ਥੋੜਾ ਹੀ ਇੱਥੋਂ ਦਾ ਬਸ ਹੁਣ ਆਪਾਂ ਨੂੰ ਨੇੜੇ ਹੀ ਆ ਉਹ ਅੱਗੇ ਹੀ ਕਰਨ ਲੱਗਿਆ ਹੁਣ ਚੱਲ ਚੱਲ ਉਹ ਕੂੜਾ ਰੋਕ ਕੇ ਫਿਰ ਅੱਗੇ ਕਰਦਾ ਉਹ ਤੇ ਕਰਤਾ ਕਰਤਾ ਤੇਰਾ ਕੀ ਕਹਿਣਾ ਵਾ ਠੀਕ ਆ ਲੋ ਵੀ ਮੇਰੇ ਵੀਰੋ ਜਬਰ ਜੰਗ ਵੀ ਕਹਿੰਦੇ ਤੁਸੀਂ ਰੇਵੀਆ ਚ ਆਓ ਦੀ ਸਪੀਡ ਚੈੱਕ ਕਰੋ ਕਿੰਨੀ ਆ ਤੁਸੀਂ ਆਪ ਹੀ ਦੇਖ ਲਓ ਕਿੰਨੇ ਲੈ ਜਾਂਦਾ ਵਾ ਹੁਣ ਹੌਲੀ ਹੋ ਗਿਆ ਤੇ ਲੋ ਵੀ ਅਸੀਂ ਰੀਲ ਬਣਾਉਂਦੇ ਸੀਗੇ ਤੁਸੀਂ ਦੇਖੀ ਆ ਕਲਿੱਪ ਚ ਪਿੱਛੇ ਤੇ ਲੋ ਵੀ ਜਦੋਂ ਪਹਿਲਾਂ ਵਾਲੀ ਰੀਲ ਜਦੋਂ ਤੁਸੀਂ ਦੇਖਿਆ ਹੀ ਅਸੀਂ ਰੀਲ ਬਣਾਉਂਦੇ ਸੀਗੇ ਸਪੀਡ ਦੀ ਤੇ ਉਦੋਂ ਖੁਰੀ ਡੈ ਪਈ ਦੇਖੋ ਖੁਰੀ ਆ ਪਈ ਆ ਹਾਂ ਉਹਨੇ ਗਾਹਾਂ ਕੱਢ ਦਿਆ ਹਾਂ ਮਸ਼ਲ ਤਾਂ ਉਹਨੂੰ ਦੇਖ ਕੇ ਮੇਰੇ ਵੀਰੋ ਜਾਣਦੇ ਹੋਵੋਗੇ ਕਿੰਨਾ ਦੇ ਟਰੈਕਟਰ ਆ ਕਹਿੰਦੇ ਸੰਧੂ ਫਾਰਮ ਵਾਲਿਆਂ ਦੇ ਮੈਂ ਕਿਹਾ ਉਹ ਘੋੜਿਆਂ ਦੇ ਤਾਂ ਬਹੁਤ ਮੈਨੂੰ ਇਹਨਾਂ ਦੇ ਵੀ ਬਹਿ ਕੇ ਦੇਖ ਲਓ ਹੈ ਉਹੀ ਆ ਕਹਿੰਦੇ ਸਾਡੇ ਲਈ ਉਹੀ ਘੋੜੇ ਨੇ ਕਹਿੰਦੇ ਜੱਟਾਂ ਦੇ ਜਹਾਜ਼ ਹੀ ਨੇ ਸਹੀ ਗੱਲ ਆ ਬਾਕੀ ਤਬੇਲੇ 'ਚ ਬੰਨੇ ਹੋਏ ਆ ਆ ਜੇ ਹੁਣ ਘਰੇ ਜਾਣ ਦੀ ਕਾਹਲੀ ਆ ਇਹਨੂੰ ਸਹੀ ਗੱਲ ਆ ਉਹਨਾਂ ਡਰਾਮਾ ਦਾ ਖਰਚਾ ਉਹਨਾਂ ਦਾ ਇਹੋ ਗਿਆ ਡਰਾਈਵਰ ਕਹਿੰਦੇ ਖੁਰੀ ਲੈ ਗਈ ਮੇਰੇ ਵੀਰੇ ਇੱਕੇ ਦੀ ਹੁਣ ਤਾਂ ਹੀ ਆਪਾਂ ਹੌਲੀ ਹੌਲੀ ਜਾ ਰਹੇ ਹਾਂ ਗੁਰੀ ਦਾ ਚਲਿਆ ਗਿਆ ਲੋ ਵੀ ਘੋੜਿਆਂ ਦੇ ਗੇੜਾ ਕੱਢ ਕੇ ਆ ਗਏ ਚੱਲੀਏ ਫਿਰ ਘਰ ਨੂੰ ਹੁਣ ਆਪਦਾ ਆਪਦੀ ਤੂੰ ਤਾਂ ਘਰੇ ਹੀ ਆ ਪਰ ਚੱਲ ਵੀ ਡਰਾਈਵਰਾਂ ਚੱਲੀਏ ਡਰਾਈਵਰ ਨੇ ਪਰਸੋਂ ਨੂੰ ਬਹਿਣਾ ਕਹਿੰਦੇ ਇਹ ਕਹਿੰਦਾ ਜੋਗੀ ਤੇ ਬਿਠਾ ਦਿਓ ਚਾਹੇ ਮੈਨੂੰ ਤਾਂ ਹੈ ਉਹ ਨਾ ਮੋਟਰਸਾਈਕਲ ਨਾਲ ਨਹੀਂ ਕੋਈ ਲਗਾ ਅਰਜੀ ਕਰੀ ਹੁੰਦੀ ਚੱਲੀਏ ਫਿਰ ਚੱਲ ਓਕੇ ਵਲੌਗ ਨਾ ਵਲੌਗ ਮਿਲਾ ਦੇ ਬਸ ਦੂਰੋਂ ਮਿਲਾ ਦੇ ਚੱਲ ਚੱਲ ਚੱਲੀਏ ਆਪਾਂ ਘਰ ਇਹਦਾ ਗਾਹ ਫੁੱਲ ਪਾਉਣਾ ਜੇ ਖੁੱਲ ਗਿਆ ਫੇਰ ਦੇ ਲੈ ਕੀ ਕਰੇਗਾ ਤੂੰ ਵੀ ਪਿੱਛੇ ਹੀ ਬੈਠਾ ਭੱਜ ਲੈਣਾ ਫਿਰ ਆਪਾਂ ਲੋ ਵੀ ਹੁਣ ਚੱਲਦੇ ਘਰ ਨੂੰ ਇੱਥੋਂ ਹੋ ਗਿਆ ਤਾਂ ਬਾਕੀ ਅੱਜ ਦਾ ਵਲੌਗ ਰੀ ਐਂਡ ਕਰਦੇ ਮਿੱਤਰੋ ਮਿਲਦੇ ਨਵੇਂ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ